ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਵਿੰਦਰ ਪੰਛੀ। ਮੇਰੇ ਨਾਲ ਬਹੁਤ ਪੰਜਾਬ ਦੀ ਮਹਾਨ ਹਸਤੀ, ਗੀਤਕਾਰੀ ਦਾ ਬਹੁਤ ਵੱਡਾ ਨਾਮ ਭੱਟੀ ਭੜੀਵਾਲਾ। ਅਸੀਂ ਅੱਜ ਦੋਸਤੋ ਚੰਡੀਗੜ੍ਹ ਮੈਂ ਪਹੁੰਚਿਆ, ਕੱਲ੍ਹ ਨੂੰ ਮੇਰਾ ਗਾਣਾ ਸ਼ੂਟ ਹੋ ਰਿਹਾ, ਅਤੇ ਉਸ ਤੋਂ ਪਹਿਲਾਂ ਮੈਂ ਅਤੇ ਭੱਟੀ ਸਾਹਿਬ ਨੇ ਸੋਚਿਆ ਵੀ ਅਸੀਂ ਹਰਪ੍ਰੀਤ ਰੰਧਾਵਾ ਸਾਹਿਬ, ਸਾਡਾ ਛੋਟਾ ਵੀਰ ਜੋ ਕੈਨੇਡਾ ਰਹਿੰਦਾ ਆ, ਆਪਣੇ ਛੋਟੇ ਵੀਰ ਨੂੰ ਵਧਾਈਆਂ ਦੇ ਦੀਏ। ਹਰਪ੍ਰੀਤ, ਤੈਨੂੰ ਬਹੁਤ ਬਹੁਤ ਵਧਾਈਆਂ, ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ੇ। ਤੇਰਾ ਗੀਤ ਸੁਣਿਆ ਜਿਉਂਦੇ ਰਹਿਣ ਕੈਨੇਡਾ ਵਾਲੇ, ਅਤੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਦੇਵੇ, ਅਤੇ ਕੈਨੇਡਾ ਵਾਲੇ ਹਮੇਸ਼ਾ ਵੱਸਦੇ ਰਹਿਣ, ਜਿਉਂਦੇ ਰਹਿਣ, ਅਤੇ ਨਵੇਂ ਨਵੇਂ ਕਾਰਨਾਮੇ ਕੈਨੇਡਾ ਵਾਲੇ ਕਰਦੇ ਰਹਿਣ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਕਰ ਵੀ ਰਹੇ ਆ ਔਰ ਕਰਦੇ ਰਹੋਗੇ ਤੁਸੀਂ, ਸਾਨੂੰ ਵਿਸ਼ਵਾਸ ਆ ਤੁਹਾਡੇ 'ਤੇ। ਅਤੇ ਦੋਸਤੋ, ਤੁਹਾਡੇ ਗੀਤ ਨੂੰ ਹਰਪ੍ਰੀਤ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਬਹੁਤ ਮਾਣ ਦਿੱਤਾ, ਮੈਂ ਬਹੁਤ ਜਗ੍ਹਾ ਤੁਹਾਡਾ ਗਾਣਾ ਸੁਣਿਆ, ਅਤੇ ਭੱਟੀ ਸਾਹਿਬ ਨੇ ਪਹਿਲਾਂ ਤੁਹਾਡਾ ਰਿਲੀਜ਼ ਹੋਣ ਤੋਂ ਮੈਨੂੰ ਸੈਂਡ ਕੀਤਾ ਸੀਗਾ, ਅਤੇ ਮੈਂ ਭੱਟੀ ਸਾਹਿਬ ਨੂੰ ਕਿਹਾ ਸੀ ਭੱਟੀ ਸਾਹਿਬ ਗਾਣਾ ਬਹੁਤ ਵਧੀਆ ਆ, ਅਤੇ ਉਹ ਵਾਕਿਆ ਵਧੀਆ ਗਾਣਾ। ਆਸ਼ੂ ਸਿੰਘ ਜਿਨ ਮਿਊਜ਼ਿਕ ਦਿੱਤਾ ਉਹਨੂੰ ਵੀ ਬਹੁਤ ਬਹੁਤ ਵਧਾਈਆਂ, ਕੰਪਨੀ ਵਾਲਿਆਂ ਨੂੰ ਵੀ ਬਹੁਤ ਵਧਾਈਆਂ, ਅਤੇ ਦੋਸਤੋ ਤੁਹਾਨੂੰ ਵੀ ਬਹੁਤ ਵਧਾਈਆਂ ਜਿਹੜੇ ਇਸ ਗਾਣੇ ਨੂੰ ਤੁਸੀਂ ਸੁਣਦੇ ਹੋ ਔਰ ਗਾਣੇ ਨੂੰ ਤੁਸੀਂ ਕਲੈਕਟ ਕਰਦੇ ਹੋ ਔਰ ਇਹਨੂੰ ਸ਼ੇਅਰ ਕਰਦੇ ਹੋ। ਮੈਂ ਬੇਨਤੀ ਕਰਦਾ ਤੁਸੀਂ ਵੱਧ ਤੋਂ ਵੱਧ ਗਾਣੇ ਨੂੰ ਸ਼ੇਅਰ ਕਰੋ, ਔਰ ਰੰਧਾਵਾ ਸਾਹਿਬ ਦਾ ਜਿਹੜਾ ਗੀਤ ਆ ਇਹ ਘਰ ਘਰ ਤੱਕ ਪਹੁੰਚਾਓ, ਰੇਡੀਓ 'ਤੇ ਵਜਵਾਓ, ਜਿੱਥੇ ਜਿੱਥੇ ਤੱਕ ਤੁਹਾਡੀ ਵੱਧ ਤੋਂ ਵੱਧ ਤੁਸੀਂ ਇਹਨੂੰ ਗਾਣੇ ਨੂੰ ਸ਼ੇਅਰ ਕਰੋਗੇ, ਉਹਨਾਂ ਹੀ ਪੰਜਾਬੀਆਂ ਦੇ ਵਿੱਚ ਆਪਣੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਵਿਸਤਾਰ ਵਧੂਗਾ। ਅਤੇ ਸਾਨੂੰ ਖੁਸ਼ੀ ਹੋਊਗੀ ਕਿ ਪੰਜਾਬੀ ਇੱਦਾਂ ਦੇ ਗਾਣਿਆਂ ਨੂੰ ਵੀ ਪਸੰਦ ਕਰਦੇ, ਕਿਉਂਕਿ ਅੱਜ ਕੱਲ੍ਹ ਦੇ ਜਿੱਦਾਂ ਦੇ ਗਾਣੇ ਆਉਂਦੇ ਆ ਉਹਨਾਂ ਤੋਂ ਹੱਟ ਕੇ ਗਾਣਾ ਭੱਟੀ ਸਾਹਿਬ ਨੇ ਲਿਖਿਆ, ਅਤੇ ਰੰਧਾਵੇ ਨੇ ਬਿਲਕੁਲ ਹੱਟ ਕੇ ਗਾਇਆ, ਅਤੇ ਭੱਟੀ ਸਾਹਿਬ ਅਤੇ ਹਰਪ੍ਰੀਤ ਰੰਧਾਵਾ ਮੇਰਾ ਛੋਟਾ ਵੀਰ ਅਤੇ ਆਸ਼ੂ ਸਿੰਘ ਤਿੰਨੇ ਹੀ ਵਧਾਈ ਦੇ ਪਾਤਰ ਹੈ, ਅਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਵੱਸਦੇ ਰਹਿਣ ਕੈਨੇਡਾ ਵਾਲੇ। ਮੇਰੀ ਇਹ ਬੇਨਤੀ ਹੈ ਭੱਟੀ ਸਾਹਿਬ, ਅਤੇ ਤੁਸੀਂ ਥੈਂਕ ਯੂ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਭਾਜੀ, ਅਸੀਂ ਮੈਂ ਤਾਂ ਬਹੁਤ ਖੁਸ਼ਕਿਸਮਤ ਸਮਝਦਾ ਵੀ ਮੈਂ ਜਦੋਂ ਰਾਈਟਰ ਨਹੀਂ ਸੀ ਹੁੰਦਾ ਉਦੋਂ ਦਾ ਪੰਛੀ ਸਾਹਿਬ ਦੇ ਗਾਣੇ ਸੁਣ ਸੁਣ ਕੇ, ਹੈ ਨਾ, ਅਤੇ ਅੱਜ ਇਹਨਾਂ ਦਾ ਆਸ਼ੀਰਵਾਦ ਮਿਲਿਆ ਜੀ ਸਾਡੇ ਗਾਣੇ ਨੂੰ, ਅਤੇ ਬੜੀ ਕਿਰਪਾ ਹੋ ਗਈ, ਬੜੇ ਅਸੀਂ ਖੁਸ਼ਕਿਸਮਤ ਹੈ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਬਹੁਤ ਪਿਆਰ ਦੇ ਰਹੇ ਹੋ ਗਾਣੇ ਨੂੰ ਬਹੁਤ ਜ਼ਿਆਦਾ, ਅਤੇ ਬਹੁਤ ਜਲਦੀ ਅਸੀਂ ਲੈ ਕੇ ਆ ਰਹੇ ਹਾਂ ਜੀ ਗਾਣਾ ਪੰਜਾਬ ਜ਼ਿੰਦਾਬਾਦ ਕਲਮ ਤੋਂ ਲਿਖਿਆ, ਅਤੇ ਤੁਹਾਡਾ ਵੀਰ ਛੋਟਾ ਸੁਖਵਿੰਦਰ ਪੰਛੀ ਗਾਊਗਾ, ਅਤੇ ਸਾਡੇ ਦੋਸਤ ਜੱਗੀ ਮਨੀਲਾ ਜੀ ਉਹਨਾਂ ਨੇ ਇਸ ਗਾਣੇ ਨੂੰ ਪ੍ਰੋਡਿਊਸ ਕੀਤਾ ਆ, ਅਤੇ ਵੀਡੀਓ ਬਹੁਤ ਵੱਡੇ ਲੈਵਲ ਦਾ ਬਣਾ ਰਹੇ ਹਾਂ, ਅਤੇ ਮਿਊਜ਼ਿਕ ਬਹੁਤ ਵੱਡੇ ਲੈਵਲ ਦਾ ਉਹ ਗਾਣੇ ਦਾ, ਅਤੇ ਜਲਦੀ ਤੁਹਾਡੇ ਚੈਨਲਾਂ ਦਾ, ਤੁਹਾਡੇ ਘਰ ਦਾ, ਯੂਟਿਊਬ ਦਾ ਸ਼ਿੰਗਾਰ ਬਣੂਗਾ ਸਾਡਾ ਗੀਤ ਪੰਜਾਬ ਪੰਜਾਬ ਜ਼ਿੰਦਾਬਾਦ। ਰੱਬ ਰੱਖਾ, ਥੈਂਕ ਯੂ, ਸਤਿ ਸ਼੍ਰੀ ਅਕਾਲ।